ਸਤ ਸੰਗਤ ਜੀ ਨਵਾਂ ਸਾਲ ਆਉਣ ਵਾਲਾ ਤੇ ਘਰ ਵਿੱਚ ਇਹ ਇੱਕ ਚੀਜ਼ ਜਿੰਨੀ ਜਲਦੀ ਹੋ ਸਕੇ ਆਪਾਂ ਨੂੰ ਬਾਹਰ ਕੱਢ ਦੇਣੀ ਚਾਹੀਦੀ ਆਪਾਂ ਸਭ ਚਾਹੁੰਨੇ ਆ ਕਿ ਨਵਾਂ ਸਾਲ ਜਦੋਂ ਚੜੇ ਤਾਂ ਬਹੁਤ ਸੋਹਣਾ ਤੇ ਚੰਗੇ ਤਰ੍ਹਾਂ ਆਰੰਭ ਹੋਵੇ ਤੇ ਖੁਸ਼ੀਆਂ ਦੇ ਖੇੜੇ ਨਾਲ ਸਾਡਾ ਘਰ ਪੈਰ ਚਾਵੇ ਆਪਾਂ ਸਭ ਨਵੇਂ ਸਾਲ ਵਾਲੇ ਦਿਨ ਇਹ ਅਰਦਾਸ ਕਰਦੇ ਆ ਕਿ ਆਪਣੇ ਘਰ ਪਰਿਵਾਰ ਤੇ ਕੋਈ ਦੁੱਖ ਤੇ ਮੁਸੀਬਤ ਨਾ ਆਵੇ ਤਿਹਾਰ ਪਾਸੇ ਤੋਂ ਆਪਣੇ ਘਰ ਤੰਨ ਤੇ ਅੰਨ ਨਾਲ ਭਰਿਆ ਰਵੇ ਸਭ ਤੋਂ ਪਹਿਲੀ ਗੱਲ ਟੁੱਟਾ ਹੋਇਆ ਤੇ ਹਰ ਪਾਸੇ ਗੰਦ ਨਾਲ ਭਰਿਆ ਘਰ ਰੱਬ ਵੀ ਕਹਿੰਦਾ ਜਿਸ ਨੇ ਮਾੜਾ ਜਿਹਾ ਉਦਮ ਨਹੀਂ ਕਰਨਾ ਐਵੇਂ ਦੇ ਮਨੁੱਖ ਫਿਰ ਮਾਇਆ ਦਾ ਵੀ ਕੀ ਕਰਨਾ ਜੋ ਮਨੁੱਖ ਆਪਣੇ ਘਰ ਦੇ ਕੋਨੇ-ਕੋਨੇ ਦਾ ਖਿਆਲ ਰੱਖਦਾ ਹੈ ਵਾਹਿਗੁਰੂ ਵੀ ਫਿਰ ਉੱਥੇ ਹੀ ਨਿਵਾਸ ਕਰਦੇ ਨੇ ਜੋ ਮਨੁੱਖ ਆਪਣੇ ਘਰ ਦਾ ਖਿਆਲ ਨਹੀਂ ਰੱਖਦਾ ਫਿਰ ਉਹ ਹਮੇਸ਼ਾ ਕਾਟੇ ਵੱਲ ਨੂੰ ਹੀ ਜਾਂਦਾ ਹੈ ਇਸ ਲਈ ਆਪਣੇ ਘਰ ਦੀ ਸਾਫ ਸਫਾਈ ਜ਼ਰੂਰ ਕਰੋ ਤੇ ਉਸ ਦੀ ਹਰ ਪੱਖ ਤੋਂ ਸਾਮ ਸੰਭਾਲ ਤੇ ਦੇਖਰੇਖ ਵੀ ਕਰੋ ਫਿਰ ਗੱਲ ਆਉਂਦੀ ਹੈ ਜਿਵੇਂ ਮਕੜੀ ਦੇ ਜਾਲੇ ਹਰ ਪਾਸੇ ਹੁਣ ਇਹ ਦਲਿੱਦਰ ਦੀ ਨਿਸ਼ਾਨੀ ਹੈ ਆਪਾਂ ਇੱਕ ਗੱਲ ਵੱਲ ਗੌਰ ਕਰੀਏ ਆਪਾਂ ਇੱਕ ਸੰਪਨ ਕਰ ਕਦੇ ਵੀ ਜਾਲੇ ਨਹੀਂ ਵੇਖਾਂਗੇ ਕਿਹਾ ਜਾਂਦਾ ਹੈ ਇਹ ਜਾਲਾ ਚਾਹੁੰਦਾ ਹੈ ਕਿ ਕੋਈ ਬਿਵਾਰ ਹੋਵੇ ਮੰਜੇ ਤੇ ਪਵੇ ਤੇ ਮिन्नੂ ਵੇਖੇ ਪਾ ਬਿਮਾਰੀਆਂ ਨੂੰ ਨਿਯੋਤਾਏ ਆਪਾਂ ਵੇਖਿਆ ਹੁਣ ਜਿੱਥੇ ਕੋਈ ਨਹੀਂ ਰਹਿੰਦਾ ਉੱਥੇ ਹਰ ਪਾਸੇ ਜਾਲਾ ਕਿੰਨੀ ਛੇਤੀ ਆਪਣੇ ਪੈਰ ਪਸਾਰਦਾ ਹੈ ਬੇਚਾਹੁੰਦਾ ਹੈ ਕਿ ਘਰ ਸੁਨਣਾ ਹੋਵੇ ਤੇ ਮੇਰਾ ਵਾਸਾ ਹੋਵੇ ਫਿਰ ਗੱਲ ਆਉਂਦੀ ਹੈ ਕਹਿੰਦੇ ਨੇ ਕਿ ਜੇ ਮਨੁੱਖ ਦਾ ਮਾੜਾ ਸਮਾਜ ਚੱਲਦਾ ਹੋਵੇ ਤੇ ਉਸ ਲਈ ਤਾਂ ਸਾਰਾ ਸੰਸਾਰ ਉਜੜਿਆ ਲੱਗਦਾ ਇਸ ਲਈ ਘਰ ਵਿੱਚ ਜਿਵੇਂ ਕੜੀਆਂ ਲੱਗੀਆਂ ਹੁੰਦੀਆਂ ਨੇ ਦੁਵਾਰਾਂ ਤੇ ਉਹ ਖਰਾਬ ਹੀ ਪਈਆਂ ਹੁੰਦੀਆਂ ਨੇ ਜਾਂ ਰੁਕੀਆਂ ਨਹੀਂ ਹੁੰਦੀਆਂ ਵਿੱਚ ਸੈੱਲ ਨਹੀਂ ਹੁੰਦੇ ਤਾਂ ਉਸ ਦੇ ਵਿੱਚ ਤੁਰੰਤ ਸੈੱਲ ਪਾਓ ਜੋ ਖਰਾਬ ਨੇ ਉਹਨਾਂ ਨੂੰ ਲਾਤੋ ਚੱਲਦਾ ਹੋਇਆ ਸਮਾਂ ਹਮੇਸ਼ਾ ਅੱਗੇ ਵਧਣ ਦਾ ਆਪਾਂ ਨੂੰ ਪ੍ਰੇਰਣਾ ਦਿੰਦਾ ਤੇ ਰੁਕਿਆ ਹੋਇਆ ਹਮੇਸ਼ਾ ਆਲਸਤਾ ਪ੍ਰਤੀਕ ਫਿਰ ਗੱਲ ਆਉਂਦੀ ਹੈ ਘਰ ਵਿੱਚ ਸ਼ਬਦ ਗੁਰਬਾਣੀ ਦੀਆਂ ਜਿੰਨੀਆਂ ਹੀ ਪੰਕਤੀਆਂ ਵਾਲੇ ਅਖਬਾਰ ਵਿਆਹ ਵਾਲੇ ਕਾਰਡ ਇਹਨਾਂ ਸਭ ਨੂੰ ਅਗਨ ਭੇਟ ਕਰ ਦਿਵੋ ਤੇ ਜੋ ਪਾਟੇ ਕਪੜੇ ਜਾਂ ਥਾਂ-ਥਾਂ ਆਪਾਂ ਕਬਾਰ ਦੇ ਢੇਰ ਲਾਏ ਨੇ ਇਹ ਸਭ ਘਰ ਤੋਂ ਬਾਹਰ ਕੱਢ ਦੋ ਆਓ ਫਿਰ ਹੁਣ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਆਪਾਂ ਨੂੰ ਨਵੇਂ ਸਾਲ ਤੇ ਘਰ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਨੇ ਪਹਿਲਾਂ ਗੱਲ ਕਰਦੇ ਹਾਂ ਨਵੇਂ ਸਾਲ ਦੀ ਸ਼ੁਰੂਆਤ ਜੇ ਜਪਜੀ ਸਾਹਿਬ ਤੋਂ ਕੀਤੀ ਜਾਵੇ ਤਾਂ ਉੱਥੇ ਸਭ ਕੁਝ ਆ ਜਾਂਦਾ ਜਿੱਥੇ ਜਪਜੀ ਸਾਹਿਬ ਹੋਵੇ ਉੱਥੇ ਫਿਰ ਕੋਈ ਵੀ ਦੁੱਖ ਨਹੀਂ ਆ ਸਕਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਿਸ ਘਰ ਜਪਜੀ ਸਾਹਿਬ ਦਾ ਪਾਠ ਹੋਵੇ ਉਤੇ ਸੋਕ ਰਿੱਧੀਆਂ ਸਿੱਧੀਆਂ ਸਭ ਬਾਸ ਕਰਦੀਆਂ ਨੇ ਇੱਕ ਗੱਲ ਆਉਂਦੀ ਐ ਇਸ ਦਿਨ ਘਰ ਵਿੱਚ ਦੇਗ ਜ਼ਰੂਰ ਬਣਾਉਣੀ ਚਾਹੀਦੀ ਐ ਤੇ ਗੁਰੂ ਘਰ ਲੈ ਕੇ ਜਾਓ ਜਿੰਨੇ ਵੀ ਜੇਸਤੀ ਸਮਰਥ ਹੈ ਉਸੇ ਹਿਸਾਬ ਨਾਲ ਬਣਾਓ ਤੇ ਗੁਰੂ ਘਰ ਜ਼ਰੂਰ ਲੈ ਕੇ ਜਾਓ ਦੇਗ ਆਪਣੇ ਸਾਰੇ ਦੁੱਖ ਹਰਨ ਦੀ ਸ਼ਕਤੀ ਰੱਖਦੀ ਐ ਦੇਗ ਹਮੇਸ਼ਾ ਇਸ਼ਨਾਨ ਕਰਕੇ ਫਿਰ ਪਾਠ ਕਰਕੇ ਹੀ ਬਣਾਉਣੀ ਚਾਹੀਦੀ ਐ ਫਿਰ ਗੱਲ ਆਉਂਦੀ ਐ ਇਸ ਦਿਨ ਜਿਵੇਂ ਗੁੜ ਵਾਲੇ ਚੋਲ ਹੋਗੇ ਰੰਗ ਵਾਲੇ ਮਿੱਠੇ ਚੋਲ ਬਣਾ ਕੇ ਜ਼ਰੂਰ ਗਰੀਬਾਂ ਨੂੰ ਖਵਾਓ ਆਪਣੇ ਜੇ ਛੋਟੇ ਜੇ ਯਤਨ ਨਾਲ ਕਿਸੇ ਦਾ ਦਿਨ ਚੰਗਾ ਹੋ ਸਕਦਾ ਹੈ ਤਾਂ ਆਪਾਂ ਨੂੰ ਕਿੰਨੀਆਂ ਦੁਆਵਾਂ ਦੇਵੇਗਾ ਤੇ ਉਸ ਦੀ ਅਸ਼ੀਸ਼ ਨਾਲ ਫਿਰ ਆਪਣਾ ਨਵਾਂ ਸਾਲ ਵੀ ਚੰਗਾ ਲੰਗੇਗਾ ਇਸ ਦਿਨ ਆਪਾਂ ਨੂੰ ਕਿਹੜੀਆਂ ਚੀਜ਼ਾਂ ਕਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਇਸ ਦਿਨ ਝਾੜੂ ਜ਼ਰੂਰ ਖਰੀਦੋ ਇੱਕ ਤਾਂ ਇਹ ਸਫਾਈ ਦਾ ਪ੍ਰਤੀਕ ਹੈ ਦੁਜਾ ਇੱਦਲਿੱਦਰ ਨੂੰ ਮਿਟਾਉਣ ਦਾ ਵੀ ਪ੍ਰਤੀਕ ਹੈ ਜਿੱਥੇ ਸਾਫ ਸਫਾਈ ਹੋਗੀ ਉੱਥੇ ਫਿਰ ਆਲਸ ਨਹੀਂ ਹੈ ਆਲਸ ਨਹੀਂ ਹੈ ਤੇ ਦਲੇਦਰ ਨਹੀਂ ਫਿਰ ਇਸ ਦਿਨ ਆਪਣੇ ਬੱਚਿਆਂ ਨੂੰ ਬੁਗਣੀ ਜ਼ਰੂਰ ਲਿਆ ਕੇ ਦਿਵੋ ਜੋ ਉਹਨਾਂ ਨੂੰ ਹਰੇਕ ਚੀਜ਼ ਦੀ ਅਹਿਮੀਅਤ ਤੇ ਉਹਦੀ ਕਦਰ ਕਰਨੀ ਸਿਖਾਉਂਦਾ ਹੈ ਤੇ ਜਦੋਂ ਅਹਿਮੀਅਤ ਪਤਾ ਲੱਗੀ ਕਦਰ ਕਰਨੀ ਸਿੱਖੀ ਤੇ ਆਪਣੇ ਆਪ ਚੰਗੇ ਗੁਣ ਵੀ ਉਹਨਾਂ ਵਿੱਚ ਆਉਣਗੇ ਫਿਰ ਮੂਲ ਮੰਤਰ ਜਾਪ ਦੀ ਫੋਟੋ ਓਸੀ ਥਾਂ ਲੇਕ ਪਹਿਲਾਂ ਤੇ ਆਪਾਂ ਲੈ ਕੇ ਆਵਾਂਗੇ ਫਿਰ ਉਹਨੂੰ ਐਸੇ ਥਾਂ ਲਾਓ ਜਿੱਥੇ ਆਪਾਂ ਲੰਘਦੇ ਟੱਪ ਦੇ ਉਹਨੂੰ ਵੇਖ ਸਕੀਏ ਜਦੋਂ ਆਪਾਂ ਵੇਖਾਂਗੇ ਤਾਂ ਆਪੇ ਜਾ ਪਾਏਗਾ ਜਾਪ ਕਰਾਂਗੇ ਤਾਂ ਆਪਾਂ ਨੂੰ ਤੋਂ ਵਾਇਗਰੂ ਕਦੇ ਵੀ ਵਿਸਰਣਗੇ ਨਹੀਂ ਹਮੇਸ਼ਾ ਅੰਗ ਸੰਗ ਹੋਣ ਦਾ ਅਹਿਸਾਸ ਹੋਏਗਾ ਤੇ ਜਿਸ ਦਿਨ ਅਹਿਸਾਸ ਹੋ ਗਿਆ ਆਪੇ ਸਭ ਮਾੜੇ ਕਮਾ ਵਾਲੋ ਧਿਆਨ ਵੀ हट ਜਾਏਗਾ ਫੇਰ ਕੋਈ ਰੁੱਖ ਦਾ ਬੂਟਾ ਫੁੱਲ ਦਾ ਬੂਟਾ ਜ਼ਰੂਰ ਲੈ ਕੇ ਆਓ ਜਿੰਨਾ ਆਪਾਂ ਕੁਦਰਤ ਨੂੰ ਦੇਵਾਂਗੇ ਕੁਦਰਤ ਹਜ਼ਾਰ ਗੁਣਾ ਵੱਧ ਆਪਾਂ ਨੂੰ ਫਲ ਦੇਵੇਗੀ ਫਿਰ ਦੇਖਿਓ ਆਪੇ ਮਨ ਵਿੱਚ ਕੁਦਰਤਲੀ ਵੀ ਪਿਆਰ ਆਏਗਾ ਇਸ ਦਿਨ ਮਿੱਟੀ ਦਾ ਘੜਾ ਜ਼ਰੂਰ ਲੈ ਕੇ ਆਓ ਕਿਉਂਕਿ ਮਿੱਟੀ ਦਾ ਘੜਾ ਆਪਣੇ ਕਈ ਤਰ੍ਹਾਂ ਦੇ ਸਰੀਰਕ ਬਿਮਾਰੀਆਂ ਨੂੰ ਦੂਰ ਕਰਦਾ ਜਦੋਂ ਆਪਾਂ ਇਸ ਦੇ ਵਿੱਚੋਂ ਪਾਣੀ ਪੀਵਾਂਗੇ ਫਿਰ ਹੈ ਨਾਮ ਜਪਣ ਵਾਲੀ ਮਾਲਾ ਨਾਮ ਜਪਣ ਵਾਲੀ ਮਾਲਾ ਕੋਈ ਗਿਣਤੀ ਮਿੰਤੀ ਦੀ ਪ੍ਰਤੀਕ ਨਹੀਂ ਹੈਗੀ ਸਿਰਫ ਨਾਮ ਜਪਣ ਵਾਲੀ ਮਾਲਾ ਇਹ ਹੈ ਕਿ ਜਿਸ ਨੇ ਆਪਾਂ ਲੈ ਕੇ ਆਵਾਂਗੇ ਇਸ ਨਾਲ ਜੋ ਵੀ ਕਰਦਾ ਮੈਂਬਰ ਨਾਮ ਜਪੇਗਾ ਤੇ ਉਪਰਾਲਾ ਦਾ ਕਰੇਗਾ ਨਾ ਨਾਮ ਜਪਣ ਦਾ ਬਸ ਜਦੋਂ ਕੋਈ ਨਾਮ ਜਪਣ ਲੱਗ ਗਿਆ ਉਸ ਦੇ ਨਾਲ ਤੇ ਫਿਰ ਕੀ ਹੈ ਉਹ ਨਾਮ ਜਪੇਗਾ ਤੇ ਸਾਰਾ ਪਰਿਵਾਰ ਵੀ ਉਸ ਦੇ ਨਾਲ ਉਦਮ ਕਰੇਗਾ ਤੇ ਫਿਰ ਆਪੇ ਜਦੋਂ ਨਾਮ ਆ ਗਿਆ ਤੇ ਘਰ ਆਪੇ ਫਿਰ ਖੁਸ਼ੀਆਂ ਨਾਲ ਵੀ ਭਰ ਜਾਏਗਾ ਤੇ ਕਿਹੜੀਆਂ ਚੀਜ਼ਾਂ ਨੇ ਜੋ ਆਪਾਂ ਨੂੰ ਨਹੀਂ ਖਰੀਦਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਗੱਲ ਕਦੇ ਵੀ ਐਸਾ ਗਲਤ ਪਦਾਰਥ ਘਰ ਨਾ ਲੈ ਕੇ ਆਓ ਜੋ ਕਰਦੀਆਂ ਖੁਸ਼ੀਆਂ ਹੀ ਖਾ ਜਾਵੇ ਫਿਰ ਗੱਲ ਆਉਂਦੀ ਹੈ ਵੀ ਪਲਾਸਟਿਕ ਦੇ ਢਾਂਡੇ ਨਾ ਖਰੀਦਿਆ ਕਰੋ ਕਦੇ ਵੀ ਕਿਉਂਕਿ ਇਹ ਬਿਮਾਰੀਆਂ ਦਾ ਘਰ ਨੇ ਆਪਾਂ ਨੂੰ ਪਤਾ ਜਦੋਂ ਆਪਾਂ ਇਹਦੇ ਵਿੱਚ ਖਾਂਦੇ ਆ ਜਿਵੇਂ ਕੋਈ ਗਰਮ-ਗਰਮ ਚੀਜ਼ ਮੰਨ ਲਓ ਆਪਣੀ ਪਲੇਟ ਹੈ ਪਲੇਟ ਦੇ ਵਿੱਚ ਆਪਾਂ ਪਰੌਂਠੇ ਰੱਖੇ ਤਾਂ ਜਦੋਂ ਗਰਮ-ਗਰਮ ਚੀਜ਼ੋ ਦੇ ਨਾਲ ਲੱਗਦੀ ਹੈ ਨਾ ਤਾਂ ਉਹਦੇ ਵਿੱਚ ਜੋ ਵੀ ਮਟੀਰੀਅਲ ਪਾਇਆ ਹੁੰਦਾ ਹੈ ਉਹਦੇ ਨਾਲ ਲੱਗਦਾ ਜਿਵੇਂ ਆਪਾਂ ਕਈ ਵਾਰ ਕੀ ਘਰ 'ਚ ਕੁਝ ਹੁੰਦਾ ਹੈ ਤਾਂ ਆਪਾਂ ਪਲਾਸਟਿਕ ਦੇ ਛੋਟੇ-ਛੋਟੇ ਗਲਾਸ 'ਚ ਲੈ ਆਉਂਨੇ ਆ ਹਨ ਜਦੋਂ ਆਪਾਂ ਉਹਦੇ ਵਿੱਚ ਚਾਹ ਗਰਮ ਪਾਣੀ ਕੁਝ ਵੀ ਪਾਉਂਨੇ ਆ ਨਾ ਤੇ ਉਹਦੇ ਅੰਦਰ ਜੋ ਪਦਾਰਥ ਲੱਗਿਆ ਹੁੰਦਾ ਹੈ ਉਹ ਉਹਦੇ ਜਦੋਂ ਗਰਮ ਆਪਾਂ ਪਾਉਂਨੇ ਆ ਨਾ ਤਾਂ ਉਹਦੇ ਵਿੱਚ ਘੁਲ ਜਾਂਦਾ ਜਦੋਂ ਘੁਲਦਾ ਹੈ ਤੇ ਆਪਣੇ ਅੰਦਰ ਜਾਂਦਾ ਤੇ ਜਦੋਂ ਅੰਦਰ ਜਾਏਗਾ ਤੇ ਆਪੇ ਬਿਮਾਰੀਆਂ ਤਾਂ ਆਪਾਂ ਨੂੰ ਲੱਗਣਗੀਆਂ ਤੇ ਕੀ ਹੈ ਆਪਾਂ ਫਿਰ ਕੀ ਕਰਨੇ ਆ ਬਿਮਾਰੀਆਂ ਦਾ ਘਰ ਬਣ ਜਾਣੇ ਇਸ ਲਈ ਜਿੰਨਾ ਹੋ ਸਕੇ ਮਿੱਟੀ ਦੇ ਪਾਂਡੇ ਵਰਤੋ ਆਪਣੇ ਪੁਰਾਣੇ ਜਿਹੜੇ ਜਮਾਨੇ ਵਿੱਚ ਆਪਣੇ ਘਰ ਪੀਲੇ ਪੀਲੇ ਰੰਗ ਦੇ ਪਾਂਡੇ ਨਹੀਂ ਸੀ ਹੁੰਦੇ ਉਹ ਕੀ ਸੀ ਉਹ ਆਪਾਂ ਨੂੰ ਬਿਮਾਰੀਆਂ ਤੋਂ ਦੂਰ ਕਰਦੇ ਨੇ ਜੇ ਹੋ ਸਕੇ ਤਾਂ ਇਸ ਨਵੇਂ ਸਾਲ ਤੋਂ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਉਹ ਹੁਣ ਦੇ ਹਿਸਾਬ ਨਾਲ ਤਾਂ ਉਹ ਪਾਂਡੇ ਮਹਿੰਗੇ ਆ ਤਾਂ ਆਪਾਂ ਇੱਕ ਇੱਕ ਕਰਕੇ ਉਹ ਪਾਂਡੇ ਖਰੀਦ ਲੀਏ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਕੋਈ ਗਿਲਾਸ ਕੋਈ ਜੱਗ ਕੁਝ ਵੀ ਲੈ ਆਏ ਜਦੋਂ ਰਾਤ ਨੂੰ ਸੋਈਏ ਉਸ ਦੇ ਵਿੱਚ ਪਾਣੀ ਜ਼ਰੂਰ ਪਾ ਤੇ ਸਵੇਰੇ ਉੱਠ ਕੇ ਉਹੀ ਪਾਣੀ ਪੀਓ ਕਿਹਾ ਜਾਂਦਾ ਹੈ ਵੀ ਉਹ ਆਪਣੇ ਸਰੀਰ ਦੇ ਕਈ ਰੋਗ ਦੂਰ ਕਰ ਦਿੰਦਾ ਜਿਵੇਂ ਕਿਸੇ ਨੂੰ ਸ਼ੂਗਰ ਹੁੰਦੀ ਹੈ ਨਾ ਅੱਜ ਕੱਲ ਆਪਣੇ ਘਰ ਜਿੰਨੇ ਪਰਿਵਾਰ ਦੇ ਮੈਂਬਰ ਨੇ ਉਹਦੇ ਵਿੱਚੋਂ ਇੱਕ ਅੱਦੇ ਨੂੰ ਤਾਂ ਇਹ ਬਿਮਾਰੀ ਜ਼ਰੂਰ ਹੈ ਫਿਰ ਕੀ ਹੈ ਕਿ ਉਹਦੀ ਗੜਵੀ ਲੈ ਆਓ ਜੱਗ ਲੈ ਆਓ ਗਿਲਾਸ ਲੈ ਆਓ ਕੁਝ ਵੀ ਤੇ ਉਹਦੇ ਵਿੱਚ ਪਾਣੀ ਪਾ ਦਿਓ ਤੇ ਸਵੇਰੇ ਉੱਠ ਕੇ ਉਹ ਪਾਣੀ ਪੀ ਲਓ ਉਹ ਆਪਣੇ ਸਰੀਰ ਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦੇਗਾ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਕੋਈ ਵੀ ਤਾਂ ਉਸ ਦੇ ਵਿੱਚ ਪਾਣੀ ਜ਼ਰੂਰ ਪਿਓ ਨਵੇਂ ਸਾਲ ਤੇ ਹਰ ਕੋਈ ਕੋਈ ਨਾ ਕੋਈ ਨਿਯਮ ਬਣਾਉਂਦਾ ਤੇ ਜੇ ਆਪਾਂ ਇਹ ਨਿਯਮ ਬਣਾ ਲਾਂਗੇ ਵੀ ਆਪਾਂ ਪਾਣਾ ਲੈ ਕੇ ਆਉਣੇ ਤੇ ਉਹਦੇ ਵਿੱਚ ਪਾਣੀ ਪੀਣਾ ਤੇ ਆਪਣੀਆਂ ਕਿਹੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਹਰ ਕੋਈ ਕੋਈ ਨਾ ਕੋਈ ਨਿਯਮ ਆਪਣੇ ਆਪ ਨੂੰ ਸੁਧਾਰਨ ਲਈ ਬਣਾਉਂਦਾ ਤੇ ਜੇ ਆਪਾਂ ਇਹ ਨਿਯਮ ਬਣਾ ਲਾਂਗੇ ਤਾਂ ਆਪਾਂ ਆਪਣੀ ਦੇਹ ਲਈ ਆਪਣੇ ਸਰੀਰ ਲਈ ਕਰ ਰਹੇ ਆ ਨਾ ਕਿੰਦੇ ਸਰੀਰ ਤੋਂ ਵੱਡਾ ਹੋਰ ਕੋਈ ਸਾਥੀ ਨਹੀਂ ਹੁੰਦਾ ਜੇ ਆਪਣਾ ਸਰੀਰ ਠੀਕ ਹੈ ਤੇ ਆਪਾਂ ਨੂੰ ਸਭ ਕੁਝ ਵਧੀਆ ਲੱਗੇਗਾ ਫਿਰ ਆਓ ਇੱਕ ਤਾਂ ਆਪਾਂ ਵਾਇਗਰੂ ਦੀ ਲੜ ਲਗਣਾ ਦੂਸਰਾ ਆਪਣੀ ਦੇ ਇਨਵੇਂ ਨਿਰੋਗ ਰੱਖਣਾ ਫਿਰ ਇਹਦੇ ਲਈ ਇਹ ਛੋਟੇ ਛੋਟੇ ਜੋ ਉਦਮ ਨੇ ਨਾ ਉਹ ਜ਼ਰੂਰ करिए ਤੇ ਆਲਸਤੀ ਛੁੱਟੀ करिए ਫਿਰ ਆਓ ਇਹ ਛੋਟੇ ਜਿਹੇ ਕੰਮ ਆਪਾਂ ਜ਼ਰੂਰ ਕਰੀਏ